ਸਤਿਕਾਰਯੋਗ ਵੀਰੋ ਮੈਂ ਹੁਣੇ-ਹੁਣੇ ਇੱਕਾ ਸੋਸ਼ਲ ਮੀਡੀਆ ਤੇ ਵੇਖਿਆ ਕਿਸੇ ਨੇ ਪੋਸਟ ਪਾਈ ਆ ਤੇ ਮੈਂ ਉਹ ਚੀਜ਼ ਦਾ ਜੜਾ ਸਪਸ਼ਟੀਕਰਨ ਦੇਣਾ ਚਾਹਣਾ ਤੇ ਮੈਂ ਆਪਣੇ ਵਿਰੋਧੀਆਂ ਨੂੰ ਵੀ ਇਹ ਗੱਲ ਕਹਿਣੀ ਚਾਹਣਾ ਕੋਈ ਚੱਜ ਦੀ ਰਾਜਨੀਤੀ ਕਰੋ ਕੋਈ ਬੰਦਿਆਂ ਵਾਲੀ ਰਾਜਨੀਤੀ ਕਰੋ ਤੁਸੀਂ ਮੇਰੇ ਤੇ ਹਰ ਵਾਰ ਜਿਹੜੇ ਮੇਰੇ ਅਕਸ ਨੂੰ ਢਾਹ ਲਾਉਣ ਲਈ ਇਹੋ ਜਿਹੀਆਂ ਗੱਲਾਂ ਕਰਦੇ ਹੋ ਜੇ ਤੁਹਾਡੇ 'ਚ ਦਾਮਾ ਤੇ ਤੁਸੀਂ ਮੈਦਾਨ 'ਚ ਆ ਕੇ ਤੁਸੀਂ ਇਲੈਕਸ਼ਨਾਂ ਵੀ ਲੜੀਆਂ ਤੇ ਗਾਂ ਇਲੈਕਸ਼ਨਾਂ ਫੇਰ ਆਉਣੀਆਂ ਤੁਸੀਂ ਲੜ ਕੇ ਤੁਸੀਂ ਆਪਾਂ ਵੇਖ ਲਿਓ ਮੈਦਾਨ ਚ ਤੁਸੀਂ ਜਿਹੜੀਆਂ ਇਹੋ ਜਿਹੇ ਜਿਹੜੇ ਮੇਰੇ ਤੇ ਘੜਮੋੜ ਤੁਸੀਂ ਦੋਸ਼ ਲਾਉਣੇ ਹੋ ਤੁਹਾਨੂੰ ਆਪਣੇ ਆਪ ਜਿਹੜਾ ਇਹ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਜਿਹੜਾ ਇੱਕ ਇਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਹੈ ਜੀ ਇੱਕ ਜਸ਼ਨ ਨਾਮ ਦਾ ਮੁੰਡਾ ਜਿਹੜਾ ਵੀ ਸਰਵਨ ਸਿੰਘ ਧੁੰਨ ਦਾ ਸਗਾ ਭਤੀਜਾ ਤੇ ਮੈਂ ਇਹਨਾਂ ਨੂੰ ਦੱਸਣਾ ਚਾਹਣਾ ਕਿ ਮੈਂ ਵਾਰ-ਵਾਰ ਇਹ ਗੱਲ ਕਰ ਚੁੱਕਾ ਹਾਂ ਕਿ ਮੈਂ ਕੱਲਾ ਵਾਂ ਮੇਰਾ ਕੋਈ ਸਗਾ ਭਰਾ ਹੀ ਨਹੀਂ ਹੈਗਾ ਮੇਰਾ ਕੋਈ ਭਤੀਜਾ ਹੀ ਨਹੀਂ ਹੈਗਾ ਮੇਰਾ ਇੱਕ ਬੇਟਾ ਵਾ ਤੇ ਇਹਦੇ ਤੋਂ ਵੱਧ ਮੇਰੀ ਫੈਮਿਲੀ ਦੇ ਵਿੱਚ ਮੇਰੀ ਵਾਈਫ ਮੇਰਾ ਬੇਟਾ ਤੇ ਮੇਰੀ ਬੇਟੀ ਤੀਜਾ ਸਾਡੀ ਫੈਮਿਲੀ ਦੇ ਵਿੱਚ ਕੋਈ ਬੰਦਾ ਹੀ ਨਹੀਂ ਹੈਗਾ ਤੇ ਫਿਰ ਮੇਰਾ ਸਗਾ ਭਤੀਜਾ ਕਿਵੇਂ ਹੋ ਗਿਆ ਜੀ ਜਿਹੜੇ ਥਾਣੇ ਦੇ ਵਿੱਚ ਉਹਨੂੰ ਫੜ ਕੇ ਬੰਦ ਕੀਤਾ ਮੇਰੇ ਹਲਕੇ ਦਾ ਜਿੱਥੋਂ ਦਾ ਮੈਂ ਐਮਐਲਏ ਆ ਉਥੋਂ ਦਾ ਥਾਣਾ ਵਾ ਤੇ ਮੈਂ ਉਹਨਾਂ ਨੂੰ ਇਹ ਦੱਸਣਾ ਚਾਹਣਾ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਲੋਕਾਂ ਨੂੰ ਬਚਾਉਂਦੇ ਰਹੇ ਹੋ ਤੇ ਮੈਂ ਕਦੀ ਵੀ ਅੱਜ ਤੱਕ ਜਿਹੜਾ ਗਲਤ ਅੰਸਰ ਹੈ ਜਿਹੜਾ ਸਮਾਜ ਦਾ ਬੇੜਾ ਕਰ ਕਰਦਾ ਮੈਂ ਕਿਸੇ ਤੇ ਵੀ ਠੋਕ ਕੇ ਕਾਰਵਾਈ ਥਾਣੇ ਖਲੜੇ ਦੇ ਵਿੱਚ ਉੱਤੇ ਕਾਰਵਾਈ ਹੋਈ ਹੈ ਇਹ ਆਮ ਆਦਮੀ ਦੀ ਸਰਕਾਰ ਆ ਇਹ ਕਾਲੀ ਦਲ ਦੀ ਸਰਕਾਰ ਨਹੀਂ ਕਿ ਤੁਸੀਂ ਆਪਣੇ ਲੋਕਾਂ ਨੂੰ ਬਚਾਓਗੇ ਇੱਥੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਸਾਡਾ ਜਿਹੜਾ ਥਾਣਾ ਖਲੜਾ ਜੇ ਉਹ ਬੰਦੇ ਨੇ ਗਲਤ ਕੰਮ ਕੀਤਾ ਤੇ ਉਹਨੂੰ ਫੜ ਕੇ ਸਾਡੇ ਅਸਰ ਤੋਂ ਨੇ ਅੰਦਰ ਕੀਤਾ ਤੇ ਉੱਤੇ ਕਾਰਵਾਈ ਕੀਤੀ ਆ ਤੇ ਜਿੱਥੋਂ ਤੱਕ ਰਹੀ ਮੇਰੇ ਭਤੀਜੇ ਦੀ ਗੱਲ ਮੈਂ ਵਾਰ-ਵਾਰ ਇਹ ਕਰ ਚੁੱਕਾ ਕਿ ਮੇਰਾ ਕੋਈ ਵੀ ਸਕਾ ਭਰਾ ਨਹੀਂ ਹੈਗਾ ਤੇ ਇਹ ਜਿਹੜੇ ਲੋਕ ਮੇਰੇ ਵੀਰ ਮੇਰੇ ਤੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਆ ਉਹ ਅੱਗੇ ਵੀ ਜਾਣਦੇ ਆ ਕਿ ਸਬੰਧ ਉਹਨਾਂ ਦੇ ਇਹਨਾਂ ਲੋਕਾਂ ਨਾਲ ਰਿਹਾ ਤੇ ਸਬੰਧ ਉਹ ਮੇਰੇ ਨਾਲ ਜੋੜਦੇ ਆ ਸੋ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹਣਾ ਤੁਸੀਂ ਆਪਣੀ ਪੀੜ੍ਹੀ ਥੱਲੇ ਛੋਟਾ ਫਿਰੋ ਤੁਸੀਂ ਆਪਣੇ ਰਿਸ਼ਤੇਦਾਰਾਂ ਵੱਲ ਵੇਖੋ ਤੁਸੀਂ ਆਪਣੇ ਆਲੇ-ਦੁਆਲੇ ਵੇਖੋ ਤੁਸੀਂ ਕੀ ਕਰ ਰਹੇ ਹੋ ਸੋ ਇਹੋ ਜਿਹੀਆਂ ਜੜੀਆਂ ਪੋਸਟਾਂ ਪਾਉਂਦੇ ਆ ਮੈਂ ਜਲਦੀ ਜਿਹੜਾ ਜੇ ਨਾਂਬਾਜ਼ ਆਏ ਤਾਂ ਮੈਂ ਆਪਣੇ ਜਿਹੜੇ ਵਕੀਲ ਆ ਆਪਣੇ ਉਹਨਾਂ ਨਾਲ ਸਲਾਹ ਕਰਕੇ ਮੈਂ ਉਹਨਾਂ ਦੇ ਵਿਰੁੱਧ ਕੋਰਟ ਵਿੱਚ ਵੀ ਜਾਊਂਗਾ